हुण गल करांगे पंजाब दी कि पंजाब च फिलहाल आम आदमी पार्टी दी सरकार बनी हुई है और पंज महीने दा समा जिहड़ा है सरकार बनी नूं होण वाला है और जिस वेले चोणां हुंदियां तां उस वेले हर एक पार्टी जिहड़ी है उह लोकां नाल वादे करदी है दावे करदी है और बड़े वड्डे वड्डे वादे और दावे कीते जांदे ने। जे हुण दी गल करिए तां आम आदमी पार्टी वल्लों चोणां च बड़े दावे वादे कीते गए सी और इत्थों तक कि बहुत सारियां ਗਰੰਟੀਆਂ ਜਿਹੜੀਆਂ ਉਹਨਾਂ ਵੱਲੋਂ ਦਿੱਤੀਆਂ ਗਈਆਂ ਸੀ, ਚਾਹੇ ਬੇਅਦਬੀ ਦੀ ਗੱਲ ਕਰੀਏ, ਚਾਹੇ ਗੋਲੀਕਾਂਡ ਦੀ ਗੱਲ ਕਰੀਏ, ਚਾਹੇ ਬੇਰੋਜ਼ਗਾਰੀ ਖਤਮ ਕਰਨ ਦੀ ਗੱਲ ਕਰੀਏ, ਮਹਿੰਗਾਈ ਦੀ ਗੱਲ ਕਰੀਏ, ਮਾਫੀਆਜ਼ ਦੀ ਗੱਲ ਕਰੀਏ, ਇਹਨਾਂ ਨੂੰ ਖਤਮ ਕਰਨ ਦੀ ਜਿਹੜੀ ਹੈ ਉਹ ਗੱਲ ਕੀਤੀ ਗਈ ਸੀ ਔਰ ਟਾਈਮ ਬਾਉਂਡ ਵੀ ਉਹਨਾਂ ਵੱਲੋਂ ਕੀਤਾ ਗਿਆ ਸੀ। ਲੇਕਿਨ ਜੇ ਅੱਜ ਦੀ ਗੱਲ ਕਰੀਏ ਤਾਂ ਚਾਰੇ ਪਾਸੇ ਤਰਾਹੀ ਤਰਾਹੀ ਮਚੀ ਹੋਈ ਹੈ। ਬੇਰੋਜ਼ਗਾਰ ਜਿਹੜੇ ਟੀਚਰ ਨੇ ਉਸੇ ਤਰੀਕੇ ਨਾਲ ਧਰਨਾ ਲਾ ਰਹੇ ਨੇ, ਸਫਾਈ ਕਰਮੀਆਂ ਦੀ ਗੱਲ ਕਰੀਏ ਉਹ ਪਰੇਸ਼ਾਨ ਨੇ ਔਰ 36,000 ਮੁਲਾਜ਼ਮ ਜਿਨ੍ਹਾਂ ਨੂੰ ਪੱਕਾ ਕਰਨਾ ਸੀ ਫਿਲਹਾਲ ਉਹਨਾਂ ਨੂੰ ਵੀ ਕੋਈ ਰਾਹਤ ਨਹੀਂ ਹੈ। ਔਰ ਜੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ 'ਚ ਲਿਆ ਸੀ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਹੁਣ ਤੱਕ ਪੰਜਾਬ 'ਚ ਰਾਜ ਕਰਕੇ ਗਈਆਂ ਨੇ ਉਹਨਾਂ ਵੱਲੋਂ ਪੰਜਾਬ ਲਈ ਕੁਝ ਨਹੀਂ ਕੀਤਾ ਗਿਆ ਔਰ ਜਿਸ ਵੇਲੇ ਸਾਡੀ ਸਰਕਾਰ ਆਏਗੀ ਔਰ ਸਰਕਾਰ ਆਉਂਦੇ ਸਮੇਂ ਹੀ ਅਸੀਂ ਜਿਹੜਾ ਹੈ ਲੋਕਾਂ ਨੂੰ ਪੂਰੀ ਰਾਹਤ ਦੇ ਦਿਆਂਗੇ। ਲੇਕਿਨ ਜੇ ਅੱਜ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਲੋਕ ਇਹ ਕਹਿ ਰਹੇ ਨੇ ਕਿ ਸ਼ਾਇਦ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਉਹਨਾਂ ਨੇ ਕੋਈ ਨਾ ਕੋਈ ਗਲਤੀ ਸ਼ਾਇਦ ਜ਼ਰੂਰ ਕੀਤੀ ਹੈ। ਲੇਕਿਨ ਹੁਣ ਗੱਲ ਕਰੀਏ ਕਿ ਕਣਕ ਜਿਹੜੀ ਹੈ ਉਹ ਪੁਰਾਣੇ ਸਮਿਆਂ ਤੋਂ ਲੋਕਾਂ ਨੂੰ ਮਿਲਦੀ ਸੀ ਔਰ ਕੁਝ ਰਾਸ਼ਨ ਵੀ ਜਿਹੜਾ ਸਰਕਾਰੀ ਡਿਪੂਆਂ 'ਤੇ ਮਿਲਦਾ ਸੀ। ਲੇਕਿਨ ਇਸ ਵਾਰ ਦੀ ਜੇ ਗੱਲ ਕਰੀਏ ਕਿ ਜਿਹੜੀ ਮੁਫਤ ਕਣਕ ਸਕੀਮ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਹੈ ਉਹਦੇ 'ਤੇ ਵੀ ਵਿਵਾਦ ਜਿਹੜਾ ਉਹ ਖੜ੍ਹਾ ਹੋ ਗਿਆ, ਕਿਉਂਕਿ ਬਹੁਤ ਸਾਰੇ ਸ਼ਹਿਰ ਜਿਹੜੇ ਪੰਜਾਬ ਦੇ ਅਜਿਹੇ ਨੇ ਜਿੱਥੇ ਡਿਪੂ ਹੋਲਡਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਨੇ ਔਰ ਜਦੋਂ ਲੋਕ ਕਣਕ ਲੈਣ ਜਾਂਦੇ ਨੇ ਤਾਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਸਾਡੇ ਕੋਲ ਸਟਾਕ ਬਿਲਕੁਲ ਨਹੀਂ ਆਇਆ। ਕੇਂਦਰ ਦੀ ਗੱਲ ਕਰੀਏ ਤਾਂ ਸਾਡੇ MLAs ਉੱਥੇ ਲੜ ਪਿੜ ਕੇ ਆਪਣਾ ਹੱਕ ਲੈ ਕੇ ਆਉਂਦੇ ਨੇ ਔਰ ਸ਼ਾਇਦ ਹੀ ਕੋਈ ਐਸੀ ਸਕੀਮ ਹੋਵੇ ਜਿਹੜੀ ਕੇਂਦਰ ਨੇ ਰੋਕ ਰੱਖੀ ਹੋਵੇ। ਲੇਕਿਨ ਹੁਣ ਜੇ ਕਣਕ ਦੀ ਗੱਲ ਕਰੀਏ ਜਾਂ ਰਾਸ਼ਨ ਦੀ ਗੱਲ ਕਰੀਏ ਜੋ ਗਰੀਬ ਲੋਕਾਂ ਨੂੰ ਮਿਲਦਾ ਸੀ ਜਾਂ ਕਣਕ ਮਿਲਦੀ ਸੀ, ਅੱਜ ਉਸ ਤੋਂ ਉਹ ਵਾਂਝੇ ਰਹਿ ਗਏ ਨੇ। ਔਰ ਡਿਪੂ ਹੋਲਡਰਾਂ ਦੀ ਗੱਲ ਕਰੀਏ ਤਾਂ ਡਿਪੂ ਹੋਲਡਰ ਜਿਹੜੇ ਨੇ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਔਰ ਜੇ ਅਥਾਰਟੀ ਨਾਲ ਗੱਲ ਹੁੰਦੀ ਹੈ, ਇੰਸਪੈਕਟਰਾਂ ਨਾਲ ਗੱਲ ਹੁੰਦੀ ਹੈ, ਉਹ ਵੀ ਕਿਤੇ ਨਾ ਕਿਤੇ ਆਪਣਾ ਪੱਲਾ ਝਾੜਦੇ ਨਜ਼ਰ ਆ ਰਹੇ ਨੇ ਔਰ ਸਰਕਾਰ ਇਸ 'ਤੇ ਕੋਈ ਬਿਆਨ ਦੇਣ ਨੂੰ ਫਿਲਹਾਲ ਤਿਆਰ ਨਹੀਂ ਹੈ। ਔਰ ਕਿਤੇ ਨਾ ਕਿਤੇ ਜੇ ਹੁਣ ਦੀ ਗੱਲ ਕਰੀਏ ਤਾਂ ਗਰੀਬ ਲੋਕ ਜਿਹੜੇ ਨੇ ਪਰੇਸ਼ਾਨ ਨੇ, ਕਿਉਂਕਿ ਅਜਿਹੀਆਂ ਜਿਹੜੀਆਂ ਸਕੀਮਾਂ ਬਣਾਈਆਂ ਜਾਂਦੀਆਂ ਨੇ ਸਰਕਾਰ ਵੱਲੋਂ ਉਹ ਗਰੀਬ ਲੋਕਾਂ ਲਈ ਬਣਾਈਆਂ ਜਾਂਦੀਆਂ ਨੇ, ਲੇਕਿਨ ਹੁਣ ਗਰੀਬ ਲੋਕਾਂ ਦੀ ਸੁਣਵਾਈ ਜਿਹੜੀ ਹੈ ਉਹ ਬਿਲਕੁਲ ਨਹੀਂ ਹੋ ਰਹੀ। ਉਮੀਦ ਲੋਕ ਰੱਖ ਰਹੇ ਨੇ ਕਿ ਕਣਕ ਦੇ ਮਸਲੇ 'ਚ ਕਿਤੇ ਨਾ ਕਿਤੇ ਸਰਕਾਰ ਕੋਈ ਬਿਆਨ ਵੀ ਜਾਰੀ ਕਰੇਗੀ ਔਰ ਜਿਹੜੇ ਲੋਕ ਵਾਂਝੇ ਰਹਿ ਗਏ ਨੇ ਉਹਨਾਂ ਨੂੰ ਜਿਹੜੀ ਸਹੂਲੀਅਤ ਕਣਕ ਦੀ ਮਿਲਦੀ ਹੈ, ਮੁਫਤ ਕਣਕ ਦੀ ਜੇ ਗੱਲ ਕਰੀਏ ਤਾਂ ਉਹ ਉਹਨਾਂ ਨੂੰ ਜਲਦ ਤੋਂ ਜਲਦ ਦਿੱਤੀ ਜਾਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਿਤੇ ਨਾ ਕਿਤੇ ਲੋਕਾਂ 'ਚ ਇੱਕ ਨੈਗੇਟਿਵ ਮੈਸੇਜ ਜਿਹੜਾ ਹੈ ਉਹ ਸਰਕਾਰ ਪ੍ਰਤੀ ਜਾਵੇਗਾ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੋਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।